ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਪਿਛਲੇ 24 ਘੰਟਿਆਂ 4 ਲੱਖ ਤੋਂ ਉੱਪਰ ਕਰੋਨਾ ਵਾਇਰਸ ਦੇ ਕੇਸ ਇੰਡੀਆ ਦੇ ਵਿੱਚ ਆਏ ਨੇ ਉਹਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਨੇ ਮਜ਼ਦੂਰ ਘਰਾਂ ਨੂੰ ਜਾ ਰਿਹਾ ਦੁਕਾਨਾਂ ਖੋਲ੍ਹਣ ਮੰਗਦੇ ਆ ਪਰ ਹਾਲਾਤ ਬਣੇ ਹੋਏ ਨੇ ਕਾਰਾਂ ਮੋਹਰੇ ਵੀ ਇੱਕ ਬਹੁਤ ਵੱਡੇ ਚੁਣੌਤੀਆਂ ਨੇ ਕਿ ਕਿੱਦਾਂ ਲੋਕਾਂ ਨੂੰ ਹਿਫਾਜ਼ਤ ਨਾਲ ਰੱਖਿਆ ਜਾਵੇ ਸਰਕਾਰਾਂ ਇੰਤਜ਼ਾਮ ਨਹੀਂ ਕਰ ਸਕੀਆਂ ਸੈਕਿੰਡ ਵੇਵ ਦੀ ਕੋਈ ਦੁਹਰਾਏ ਨਹੀਂ ਹੈ ਬਾਹਰਲੀਆਂ ਕੰਟਰੀਆਂ ਵੈਕਸੀਨ ਅਤੇ ਹੋਰ ਸਮਾਨ ਭੇਜਦੀਆਂ ਕੀ ਕਾਰਨ ਹੈ ਕਿ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਮੈਨੇਜ ਨਹੀਂ ਹੋ ਰਿਹਾ ਸਰਕਾਰ ਤੋਂ ਉਹ ਦਿੱਲੀ ਏਅਰਪੋਰਟ ਦੇ ਕੋਲ ਸਾਰਾ ਸਮਾਨ ਇੱਕ ਹਫ਼ਤਾ ਪਿਆ ਰਹਿੰਦਾ ਪਹਿਲੀ ਗੱਲ ਤਾਂ ਆ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੈ ਜਿਹੜੇ ਕਿ ਇਸ ਬਹੁਤ ਹੀ ਇੱਕ ਵੱਡੀ ਸਰਕਾਰ ਨੂੰ ਹੈੱਡ ਕਰ ਰਹੇ ਹਨ ਸਾਰੇ ਉਹਨਾਂ ਨੂੰ ਹਵਾ ਲੈਣ ਦੀ ਬਹੁਤ ਆਦਤ ਹੈ ਤੁਹਾਨੂੰ ਪਤਾ ਕਿ ਵਰਲਡ ਇਕਨੋਮਿਕ ਫੋਰਮ ਵਿੱਚ ਜਦੋਂ 29 ਜਨਵਰੀ ਨੂੰ ਉੱਥੇ ਬੋਲ ਰਹੇ ਸੀ ਅਤੇ ਕਿਵੇਂ ਉਹਨਾਂ ਨੇ ਕਿਹਾ ਕਿ ਅਸੀਂ 130 ਕਰੋੜ ਲੋਕ ਹਾਂ ਪਰ ਲੋਕਾਂ ਨੂੰ ਸ਼ੱਕ ਸੀ ਅਸੀਂ ਇੰਜ ਕਰ ਦਿਆਂਗੇ ਸਾਡੇ ਕੋਲ ਸਾਂਭਿਆ ਨਹੀਂ ਜਾਊਗਾ ਅਸੀਂ ਬੜੀ ਕਾਮਯਾਬੀ ਦੇ ਨਾਲ ਸਾਰਾ ਕੁਝ ਸਾਂਭ ਲਿਆ 15 ਮਿੰਟ ਦੀ ਸਪੀਚ ਕਾਫ਼ੀ ਤਾਰੀਫਾਂ ਕੀਤੀਆਂ ਅਤੇ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਮੇਰੇ ਨਾਲੋਂ ਸਿਆਣਾ ਕੋਈ ਲੀਡਰ ਨਹੀਂ ਮੇਰੇ ਨਾਲੋਂ ਵੱਡਾ ਕੋਈ ਡਾਕਟਰ ਨਹੀਂ ਮੇਰੇ ਨਾਲੋਂ ਵੱਡਾ ਕੋਈ ਗਵਰਨੈਂਸ 'ਚ ਹੈ ਨਹੀਂ ਜਿਹੜੀ ਗੱਲ ਤੁਸੀਂ ਕਹਿੰਦੇ ਹਾਂ ਕਿ ਦਵਾਈਆਂ ਘਰ 'ਚ ਆਈਆਂ ਜਾਂ ਸਾਜੋ ਸਮਾਨ ਸਾਰੇ ਆਏ ਉੱਥੇ ਕੋਈ ਚੁੱਕਣ ਵਾਲਾ ਨਹੀਂ ਮਾਵਾਂ ਨੂੰ ਪੁੱਤ ਭੁੱਲੇ ਪਏ ਹਵਾ ਜ਼ਿਆਦਾ ਹਵਾਬਾਜ ਜ਼ਿਆਦਾ ਆ ਜੁਮਲੇਬਾਜ ਜ਼ਿਆਦਾ ਆ ਧਰਾਤਲ 'ਤੇ ਕੰਮ ਕਰਨ ਵਾਲ 'ਚ ਸਾਡਾ ਵਿਸ਼ਵਾਸ ਹੀ ਨਹੀਂ ਸਾਨੂੰ ਤਾਂ ਅੰਦਰ ਹਾਲਾਤ ਬੈਠਿਆਂ ਨੂੰ ਪਤਾ ਸੀ ਕਿ ਕੀ ਖਸਤਾ ਹੈ ਪਰ ਜਿਹੜਾ ਅਸੀਂ ਗਵਾਰਾ ਫੈਲਾ ਕੇ ਛੱਡੀ ਜਾਂਦੇ ਸੀ ਉਹਦਾ ਪਟਾਕਾ ਪਿਆ